जी सत श्रीकाल जी सारे नूं होप करदे आ सारे वधिया होगे मेरी तरह ते मैं हां जसप्रीत सिंह आज परमजीत विज जी ते नाल साडे गुरप्रीत सिंह जी ते अज असीं आए हां गुरुद्वारा साहिब बसंत कुंज कीर्तन हाजरी हैगी साडी 8:30 तों 9 बजे तक ते असीं पहुंच चुके हां गुरुद्वारा साहिब दे लागे ही हां 10-15 मिंट च असीं जावांगे गुरुद्वारा साहिब च ते अगे तुहानूं विखावांगे जिद्दां वी होएगा ते सवेर दी वी साडी हाजरी आ सीवन ग्रीन पार्क गुरुद्वारा साहिब उत्थे पौने 9 तों 10 बजे तक है ते आ सारे ब्लॉक च इक्को ब्लॉक च असीं कवर करांगे आ सारे प्रोग्राम ਅਤੇ ਪੂਰੀ ਵੀਡੀਓ ਐਂਡ ਤੱਕ ਵੇਖਿਓ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਮਿਲਦੇ ਹਾਂ ਹਾਂਜੀ ਅਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਅਤੇ ਇੱਥੇ ਬੱਚਿਆਂ ਨੂੰ ਇਨਾਮ ਦਿੱਤੇ ਜਾ ਰਹੇ ਸੀਗੇ ਕਿਉਂਕਿ ਆਪਣਾ ਵਿਸਾਖੀ ਵਾਲੇ ਦਿਨ ਇੱਥੇ ਕੋਈ ਕੰਪੀਟੀਸ਼ਨ ਹੋਇਆ ਸੀ ਤਾਂ ਬੱਚਿਆਂ ਨੂੰ ਬੁਲਾ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਅਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੱਡੀ 'ਚ ਅਤੇ ਆਹ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਬਾਹਰ ਤੋਂ ਬਹੁਤ ਹੀ ਵਧੀਆ ਗੁਰਦੁਆਰਾ ਅਤੇ ਬਹੁਤ ਹੀ ਵੱਡਾ ਗੁਰਦੁਆਰਾ ਸੀਗਾ ਅਤੇ ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਸਾਨੂੰ ਅਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਚੱਲੇ ਹਾਂ ਘਰ ਦੇ ਵੱਲ ਨੂੰ ਅਤੇ ਹੁਣ ਤੁਹਾਨੂੰ ਅਗਲੇ ਦਿਨ ਦਾ ਪ੍ਰੋਗਰਾਮ ਵਿਖਾਵਾਂਗੇ ਅਸੀਂ ਸਵੇਰ ਦਾ ਜਿਹੜਾ ਸੀਵਨ ਗ੍ਰੀਨ ਪਾਰਕ ਗੁਰਦੁਆਰਾ ਸਾਹਿਬ 'ਚ ਹੈ ਹਾਂਜੀ ਅਤੇ ਹੁਣ ਅਸੀਂ ਘਰ ਤੋਂ ਨਿਕਲ ਚੁੱਕੇ ਹਾਂ ਸਵੇਰ ਦੇ 6:30 ਵਜ ਰਹੇ ਨੇ ਅਤੇ ਸਾਡੀ ਹਾਜ਼ਰੀ 9:45 ਹੈ ਅਤੇ ਹੁਣ ਅਸੀਂ ਥੋੜ੍ਹਾ ਜਲਦੀ ਜਾ ਕੇ ਉੱਥੇ ਪਹੁੰਚਾਂਗੇ ਕਿਉਂਕਿ ਉਹਨਾਂ ਨੇ ਕਿਹਾ ਅਸੀਂ ਥੋੜ੍ਹਾ ਜਲਦੀ ਆ ਜਾਣਾ ਅਤੇ ਕਾਫੀ ਵਧੀਆ ਮੌਸਮ ਹੋ ਰਿਹਾ ਅਤੇ ਅਸੀਂ ਕਾਫੀ ਇੰਜੋਏ ਕਰਦੇ ਹਾਂ ਮੋਰਨਿੰਗ 'ਚ ਅਤੇ ਹੁਣ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਅੱਗੇ ਤੁਹਾਨੂੰ ਵਿਖਾਉਂਦੇ ਹਾਂ ਕੀ ਅਪਡੇਟ ਹੋਏਗੀ ਸਾਰੇ ਤੁਹਾਨੂੰ ਵਿਖਾਵਾਂਗੇ ਅਤੇ ਪਲੀਜ਼ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਪਲੀਜ਼ ਪੂਰਾ ਐਂਡ ਤੱਕ ਵਲੌਗ ਜ਼ਰੂਰ ਵੇਖਿਓ ਅਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਅਤੇ ਹੁਣ ਅਸੀਂ ਬੈਠਾਂਗੇ ਕੀਰਤਨ ਵਾਸਤੇ ਹਾਂਜੀ ਅਤੇ ਹੁਣ ਅਸੀਂ ਕੀਰਤਨ ਕਰਕੇ ਆ ਚੁੱਕੇ ਹਾਂ ਵਾਪਸੀ ਅਤੇ ਹੁਣ ਅਸੀਂ ਜਾ ਰਹੇ ਹਾਂ ਘਰ ਦੇ ਵੱਲ ਨੂੰ ਅਤੇ ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਅਤੇ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਕਰਕੇ ਸਾਰੀਆਂ ਸੰਗਤਾਂ ਦੇ ਦਰਸ਼ਨ ਹੋਏ ਸਾਨੂੰ ਅਤੇ ਹੁਣ ਅਸੀਂ ਚੱਲੇ ਹਾਂ ਵਾਪਸੀ ਘਰ ਦੇ ਵੱਲ ਨੂੰ ਅਤੇ ਕਾਫੀ ਟ੍ਰੈਫਿਕ ਸੀਗਾ ਰਾਹ 'ਚ ਅਤੇ ਅਸੀਂ ਵੀ ਕਾਫੀ ਥੱਕੇ ਹੋਏ ਹਾਂ ਕਿਉਂਕਿ ਆਪ ਜੀ ਨੂੰ ਪਤਾ ਹੀ ਹੋਏਗਾ ਜਿੱਦਾਂ ਅਸੀਂ ਰਾਤ ਨੂੰ ਕੀਰਤਨ ਹਾਜ਼ਰੀ ਕਰਕੇ ਆਏ ਸੀ ਬਸੰਤ ਕੁੰਜ ਗੁਰਦੁਆਰਾ ਸਾਹਿਬ ਅਤੇ ਰਾਤੀ ਅਸੀਂ ਵੀ ਲੇਟ ਪਹੁੰਚੇ ਸੀਗੇ ਘਰ ਅਤੇ ਹੁਣ ਸਵੇਰੇ ਵੀ ਅਸੀਂ ਜਲਦੀ ਉੱਠਣਾ ਸੀ ਕਿਉਂਕਿ ਅੱਜ ਸਵੇਰ ਦੀ ਹਾਜ਼ਰੀ ਸੀਗੀ ਮੋਰਨਿੰਗ 'ਚ ਅਤੇ ਇਸ ਲਈ ਅਸੀਂ ਵੀ ਤਿੰਨੇ ਹੀ ਕਾਫੀ ਥੱਕੇ ਹੋਏ ਹਾਂ ਅਤੇ ਹੁਣ ਘਰ ਜਾ ਕੇ ਆਰਾਮ ਕਰਾਂਗੇ ਅਤੇ ਇਸੇ ਦੇ ਨਾਲ ਅਸੀਂ ਵਲੌਗ ਦੀ ਐਂਡਿੰਗ ਕਰਦੇ ਹਾਂ ਅਤੇ ਪਲੀਜ਼ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਅਤੇ ਕਮੈਂਟ ਕਰਨਾ ਨਾ ਭੁੱਲਿਓ ਆਪਣੀ ਸਿਹਤ ਦਾ ਸਾਰੇ ਹੀ ਖਿਆਲ ਦੇ ਕੇ ਘਰ ਪਰਿਵਾਰ 'ਚ ਸਾਰੇ ਹੀ ਪਿਆਰ ਬਣਾ ਕੇ ਰੱਖਿਓ ਅਤੇ ਗੁਰਬਾਣੀ ਨਾਲ ਜੁੜਿਓ ਅਤੇ ਹੁਣ ਆਪ ਜੀ ਨੂੰ ਮਿਲਦੇ ਹਾਂ ਅਸੀਂ ਅਗਲੇ ਵਲੌਗ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।